ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਅੱਜ ਦੀ ਮਹੱਤਵਪੂਰਨ ਟੌਪਿਕ ਹੈ ਇਹ, ਤਾਂ ਸ਼ੁਰੂ ਕਰ ਦਿਆਂਗੇ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ। ਆ ਦੇਖ ਸਕਦੇ ਰਹੇ ਆਪਾਂ ਨਕਸ਼ੇ ਦੇ ਵਿੱਚ ਪੰਜਾਬ। ਦੇਖੋ, ਪਹਿਲਾਂ ਐਡਾ ਵੱਡਾ ਪੰਜਾਬ ਸੀਗਾ ਇਹ, ਅੱਜ ਕੱਲ੍ਹ ਜਿਹੜਾ ਪੰਜਾਬ ਉਹ ਐਡਾ ਕੀ ਹੈਗਾ ਦੇਖ ਸਕਦੇ। ਇਹਦੇ ਵਿੱਚ ਆਪਾਂ ਜਿਹੜੀਆਂ ਪੰਜ ਨਦੀਆਂ ਵਗਦੀਆਂ ਨੇਗੀਆਂ, ਸਭ ਤੋਂ ਪਹਿਲਾਂ ਇਹਦੇ ਵਿੱਚ ਆਪਣੀ ਹੈਗੀ ਹੈਗੀ ਉੱਪਰ ਬਿਆਸ, ਸਤਲੁਜ, ਬਿਆਸ, ਸਤਲੁਜ, ਰਾਵੀ ਨਦੀ, ਚਨਾਬ, ਜੇਹਲਮ, ਆਹ ਨਾਲ ਨਾਲ ਸਿੰਧ ਨਦੀ ਨਾਲ ਜਿਹੜਾ ਜੀ। ਤਾਂ ਸ਼ੁਰੂ ਕਰ ਦਿਆਂਗੇ ਪੰਜਾਬ ਸ਼ਬਦ ਤੋਂ ਭਾਵ, ਪੰਜਾਬ ਫਾਰਸੀ ਭਾਸ਼ਾ ਦੇ ਦੋ ਸ਼ਬਦਾਂ ਪੰਜ ਅਤੇ ਆਪ ਦੇ ਮੇਲ ਨਾਲ ਬਣਿਆ ਹੈ। ਪੰਜ ਗਿਣਤੀ ਦਾ ਸੂਚਕ ਹੈ ਅਤੇ ਆਪ ਸ਼ਬਦ ਦਾ ਅਰਥ ਪਾਣੀਆਂ ਜਾਂ ਦਰਿਆਵਾਂ, ਇਸ ਲਈ ਪੰਜਾਬ ਤੋਂ ਭਾਵ ਹੈ ਪੰਜ ਦਰਿਆਵਾਂ ਦੀ ਧਰਤੀ। ਪੰਜਾਬ ਦੇ ਪੰਜ ਦਰਿਆ ਸਤਲੁਜ, ਸਤੁਦਰੀ, ਜੇਹਲਮ, ਬਿਤਸਤਾ, ਬਿਆਸ, ਵਿਆਸ, ਚਨਾਬ, ਅਸ਼ਕਨੀ, ਰਾਵੀ, ਪੁਰਸ਼ੁਨੀ। ਪੰਜਾਬ ਦੇ ਵੱਖ ਵੱਖ ਨਾਮ ਰਿਗਵੈਦਿਕ ਕਾਲ, ਸਪਤ ਸਿੱਧੂ, ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਪੰਚ ਨਦ, ਯੂਨਾਨੀਆਂ ਦੇ ਸਮੇਂ ਪੈਟਾਪਟੋਮੀਆ, ਟੱਕ ਕਬੀਲੇ ਦੇ ਰਾਜ ਸਮੇਂ ਟੱਕ ਦੇਸ਼, ਮੱਧ ਕਾਲ ਵਿੱਚ ਲਾਹੌਰ ਸੂਬਾ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਰਾਜ, ਅੰਗਰੇਜ਼ਾਂ ਦੇ ਸਮੇਂ ਪੰਜਾਬ ਪ੍ਰਾਂਤ, ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ, ਹਿਮਾਲਿਆ ਪਰਬਤ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ, ਅਰਧ ਪਹਾੜੀ ਪ੍ਰਦੇਸ਼, ਮੈਦਾਨੀ ਭਾਗ। ਸਦਰ ਆਪਾਂ ਨਕਸ਼ੇ ਦੇ ਵਿੱਚ ਇੱਕ ਪਾਸੇ ਹਿਮਾਲਿਆ ਪਰਬਤ, ਉੱਪਰਲੀ ਸਾਈਡ ਆਪਣੇ ਇੱਧਰੀ ਸਾਈਡ, ਇੱਧਰੇ ਪਾਸੇ ਸੁਲੇਮਾਨ ਪਰਬਤ ਸ਼੍ਰੇਣੀ ਹੈਗੀ। ਠੀਕ ਹੈ, ਆਹ ਕਿਥਾਰ ਦੀਆਂ ਸ਼੍ਰੇਣੀਆਂ ਆ ਦੇਖ ਸਕਦੇ ਨੇ ਜੀ। ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ, ਆ ਪੰਜਾਬ ਦੀਆਂ ਨਦੀਆਂ, ਸਿੰਧ ਨਦੀ ਆ ਦੇਖ ਸਕਦੇ ਨੇ ਜੀ। ਇੱਧਰਲੇ ਪਾਸੇ ਆਪਣੇ ਜਿਹੜਾ ਆਹ ਸੁਲੇਮਾਨ ਪਰਬਤ ਸ਼੍ਰੇਣੀਆਂ ਨੇਗੀਆਂ, ਆ ਇਹਨਾਂ ਵਿੱਚ ਮਹੱਤਵਪੂਰਨ ਦਰੇ ਨੇ, ਜਿਵੇਂ ਖੈਬਰ ਦਾ ਦਰਾ ਸਭ ਤੋਂ ਮਹੱਤਵਪੂਰਨ, ਟੋਚੀ ਦਰਾ, ਗੁਮਾਲ ਦਰਾ, ਬੁਲਾਨ ਦਰਾ। ਇਸ ਤਰ੍ਹਾਂ ਉੱਪਰਲੇ ਪਾਸੇ ਆਪਣੇ ਕੋਲ ਇੱਧਰਲੇ ਪਾਸੇ ਆਹ
ਪੀਰ ਪੰਜਾਲ ਪਰਬਤ ਮਾਲਾ ਗੀ, ਉਸ ਤੋਂ ਥੱਲੇ ਸ਼ਿਵਾਲਿਕ ਦੀਆਂ ਪਹਾੜੀਆਂ ਨੇ, ਫਿਰ ਸਾਰੇ ਪਹਾੜ ਨੇ ਹਿਮਾਲਿਆ ਦੀ। ਸੁਲੇਮਾਨ ਪਰਬਤ ਸ਼੍ਰੇਣੀ ਵਿੱਚ ਸਥਿਤ ਦਰੇ ਖੈਬਰ ਦਾ ਦਰਾ ਸਭ ਤੋਂ ਪ੍ਰਸਿੱਧ ਗੋਮਾਲ ਬੋਲਾਨ ਟੋਚੀ ਕੁਰਮ ਅਰਧ ਪਹਾੜੀ ਪ੍ਰਦੇਸ਼। ਇਹ ਪ੍ਰਦੇਸ਼ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਪੰਜਾਬ ਦੇ ਮੈਦਾਨਾਂ ਵਿਚਾਲੇ ਸਥਿਤ ਹੈ। ਇਸ ਪ੍ਰਦੇਸ਼ ਨੂੰ ਤਰਾਈ ਦੇ ਪ੍ਰਦੇਸ਼ ਵੀ ਕਿਹਾ ਜਾਂਦਾ ਹੈ। ਇਹਨਾਂ ਪਹਾੜਾਂ ਦੀ ਉਚਾਈ 1000 ਫੁੱਟ ਤੋਂ 3000 ਫੁੱਟ ਹੈ। ਇਸ ਪ੍ਰਦੇਸ਼ ਵਿੱਚ ਹੁਸ਼ਿਆਰਪੁਰ, ਕਾਂਗੜਾ, ਅੰਬਾਲਾ, ਗੁਰਦਾਸਪੁਰ ਦੇ ਉੱਤਰੀ ਖੇਤਰ, ਸਿਆਲਕੋਟ ਦੇ ਕੁਝ ਇਲਾਕੇ ਸ਼ਾਮਲ ਹਨ। ਪਹਾੜੀ ਪ੍ਰਦੇਸ਼ ਹੋਣ ਕਾਰਨ ਇੱਥੋਂ ਦੀ ਭੂਮੀ ਘੱਟ ਉਪਜਾਊ ਹੈ, ਆਵਾਜਾਈ ਦੇ ਸਾਧਨ ਘੱਟ ਵਿਕਸਿਤ ਹਨ। ਇਹਨਾਂ ਕਾਰਨਾਂ ਕਰਕੇ ਇੱਥੋਂ ਹੀ ਬੱਸੋਂ ਬਹੁਤ ਸੰਘਣੀ ਨਹੀਂ। ਮੈਦਾਨੀ ਭਾਗ ਪੰਜ ਦੁਆਬੇ, ਦੁਆਬਾ ਦੇ ਨਾਮ, ਸਥਿਤੀ, ਮਹੱਤਵਪੂਰਨ ਸ਼ਹਿਰ, ਭੂਮੀ, ਬਿਸਤ, ਦੁਆਬ, ਬਿਆਸ ਅਤੇ ਸਤਲੁਜ ਵਿਚਕਾਰਲਾ ਇਲਾਕਾ, ਹੁਸ਼ਿਆਰਪੁਰ, ਜਲੰਧਰ, ਹੁਸ਼ਿਆਰਪੁਰ ਬਹੁਤ ਉਪਜਾਊ, ਬਾਰੀ ਦੁਆਬ, ਮਾਝਾ, ਬਿਆਸ ਅਤੇ ਰਾਵੀ ਵਿਚਕਾਰ, ਲਾਹੌਰ, ਅੰਮ੍ਰਿਤਸਰ ਬਹੁਤ ਉਪਜਾਊ, ਰਚਨਾ ਦੁਆਬ, ਰਾਵੀ ਅਤੇ ਚਨਾਬ ਵਿਚਕਾਰ, ਗੁੱਜਰਾਂਵਾਲਾ, ਸ਼ੇਖੂਪੁਰਾ ਬਹੁਤ ਉਪਜਾਊ, ਚੱਜ ਦੁਆਬ, ਚਨਾਬ ਅਤੇ ਜੇਹਲਮ ਵਿਚਕਾਰ, ਗੁਜਰਾਤ, ਸ਼ਾਹਪੁਰ ਕਾਫੀ ਉਪਜਾਊ, ਸਿੰਧ ਸਾਗਰ ਦੁਆਬ, ਜੇਹਲਮ, ਸਿੰਧ ਅਤੇ ਜੇਹਲਮ ਵਿਚਕਾਰ, ਰਾਵਲਪਿੰਡੀ ਘੱਟ ਉਪਜਾਊ। ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਪ੍ਰਭਾਵ। ਰਾਜਨੀਤਿਕ ਪ੍ਰਭਾਵ। ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ, ਉੱਤਰ ਪੱਛਮੀ ਸੀਮਾ ਦੀ ਸਮੱਸਿਆ, ਪੰਜਾਬ ਇਤਿਹਾਸਿਕ ਲੜਾਈਆਂ ਦਾ ਖੇਤਰ, ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਦੇ ਪ੍ਰਭਾਵ, ਪੰਜਾਬ ਦੇ ਦਰਿਆਵਾਂ ਦਾ ਪ੍ਰਭਾਵ, ਸੱਭਿਆਚਾਰਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰਭਾਵ, ਕਲਾ ਅਤੇ ਸਾਹਿਤ ਦੀ ਹਾਨੀ, ਜਾਤੀਆਂ ਅਤੇ ਉਪਜਾਤੀਆਂ ਦੀ ਗਿਣਤੀ ਵਿੱਚ ਵਾਧਾ, ਪੰਜਾਬ ਦੇ ਲੋਕਾਂ ਦੇ ਚਰਿੱਤਰ ਦੇ ਵਿਸ਼ੇਸ਼ ਲੱਛਣ, ਪੰਜਾਬ ਵਿੱਚ ਇੱਕ ਵਿਸ਼ੇਸ਼ ਸੱਭਿਆਚਾਰ ਦਾ ਜਨਮ, ਆਰਥਿਕ ਪ੍ਰਭਾਵ, ਪੰਜਾਬ ਦੀ ਆਰਥਿਕ ਖੁਸ਼ਹਾਲੀ, ਪ੍ਰਮੁੱਖ ਵਪਾਰਕ ਖੇਤਰਾਂ ਦਾ ਹੋਂਦ ਵਿੱਚ ਆਉਣਾ, ਖੇਤੀਬਾੜੀ ਪੰਜਾਬ ਦਾ ਮੁੱਖ ਕਿੱਤਾ, ਵਿਦੇਸ਼ੀ ਵਪਾਰ, ਧਾਰਮਿਕ ਪ੍ਰਭਾਵ, ਸਿੱਖ ਧਰਮ ਦਾ ਜਨਮ ਅਤੇ ਵਿਕਾਸ, ਪੰਜਾਬ ਵਿੱਚ ਇਸਲਾਮ ਧਰਮ ਨੂੰ ਵਧੇਰੇ ਸਫਲਤਾ, ਹਿੰਦੂ ਧਰਮ ਦਾ ਜਨਮ ਸਥਾਨ, ਅਭਿਆਸ ਲਈ ਰਾਈ ਪ੍ਰਸ਼ਨ।
113 ਜੀ ਇਹੀ। ਰਗਵੇਦ ਦੇ ਕਾਲ ਵਿੱਚ ਕੀ ਕਹਿੰਦੀ ਸੀਗੀ? ਸ਼ਬਦ ਸਿੱਧੂ ਕਿਹਾ ਜਾਂਦਾ ਜੀ। ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਕੀ ਕਹਿੰਦੇ ਨੇ ਗੇ? ਪੰਚਨਾਦ ਮਹਾਂਕਾਵਾਂ ਪੁਰਾਣਾਂ ਅਤੇ ਮਹਾਂਕਾਵਾਂ ਦੇ ਵਿੱਚ ਪੰਚਨਾਦ ਯੂਨਾਨੀਆਂ ਦੇ ਸਮੇਂ ਪੈਟਾ ਪਟੋਮੀਆਂ ਟੱਕ ਕਬੀਲੇ ਦੇ ਰਾਜ ਸਮੇਂ ਟੱਕ ਦੇਸ਼ ਮੱਧ ਕਾਲ ਵਿੱਚ ਲਾਹੌਰ ਸੂਬਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਰਾਜ ਅੰਗਰੇਜ਼ਾਂ ਸਮੇਂ ਪੰਜਾਬ ਪ੍ਰਾਂਤ ਪੰਜਾਬ ਦੇ ਪੰਜ ਦਰਿਆਵਾਂ ਦੇ ਨਾਮ ਲਿਖੋ ਜੇਹਲਮ ਚਨਾਬ ਰਾਵੀ ਬਿਆਸ ਸਤਲੁਜ ਸਤਲੁਜ ਪੰਜਾਬ ਹੇਠ ਦਿੱਤੇ ਗਏ ਪੰਜਾਬ ਦੇ ਨਕਸ਼ੇ ਵਿੱਚ ਨਦੀਆਂ ਦੀ ਪਛਾਣ ਅਤੇ ਦਬਾਬੇ ਲੱਭੋ। ਕੀ ਕਰੇ ਆਹ ਦੇਖ ਸਕਦੇ ਹਾਂ ਆਪਾਂ, ਆਹ ਸਿੰਧ ਨਦੀ ਹੈਗੀ ਇਧਰਲੇ ਪਾਸੇ ਸਿੰਧ ਨਦੀ, ਆਹ ਜੇਹਲਮ ਨਦੀ, ਆਹ ਚਨਾਬ, ਆਹ ਰਾਵੀ, ਆ ਉੱਪਰ ਬਿਆਸ ਅਤੇ ਸਤਲੁਜ। ਪੰਜਾਬ ਦੇ ਪੰਜ ਦਰਿਆਂ ਦੇ ਨਾਮ ਲਿਖੋ। ਠੀਕ ਹੈ, ਜਿਹੜੇ ਆਪਾਂ ਪੜ੍ਹੇ ਸੀਗੇ ਖੈਬਰ ਟੋਚੀ ਗੋਮਲ ਬੁਲਾਨ ਕੁਰਮ ਇਹ ਸੀਗਾ ਜੀ ਬਹੁਤ ਹੀ ਮਹੱਤਵਪੂਰਨ ਵੀਡੀਓ। ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ, ਬੈੱਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਕਮੈਂਟ ਕਰਿਓ, ਲਾਈਕ ਕਰਿਓ। ਧੰਨਵਾਦ ਜੀ।